ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ। ਵੰਦੇ ਭਾਰਤ ਟ੍ਰੇਨ ਦੇ ਵਿੱਚ ਮੌਜੂਦ ਆ। ਇਹ ਡਰਾਈਵਰ ਕੈਬਿਨ ਹੁੰਦਾ ਹੈ, ਲੋਕੋ ਪਾਇਲਟ ਕੈਬਿਨ ਹੁੰਦਾ ਹੈ, ਜਿੱਥੋਂ ਪੂਰੀ ਟ੍ਰੇਨ ਦਾ ਓਪਰੇਸ਼ਨਲ ਸਿਸਟਮ ਹੁੰਦਾ ਹੈ, ਓਪਰੇਟਿੰਗ ਸਿਸਟਮ ਹੁੰਦਾ ਹੈ। ਤਾਂ ਮੇਰੇ ਨਾਲ MK ਸ਼ਰਮਾ ਜੀ ਟ੍ਰੇਨ ਦੇ ਮੈਨੇਜਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਵਿਊ ਦਿਖਾਉਂਦੇ ਹਾਂ। ਪੂਰਾ ਜਹਾਜ਼ ਵਾਂਗੂ ਕੈਬਿਨ ਲੱਗਦਾ ਹੈ, ਐਂ ਸ਼ੇਪ ਵੀ ਪੂਰੀ ਉਸੇ ਤਰ੍ਹਾਂ ਦੀ ਬਣਾਈ ਹੋਈ ਆ। ਪ੍ਰੋਪਰ ਤੁਸੀਂ ਸਵਿਚਾਂ ਤੋਂ ਲੈ ਕੇ ਪ੍ਰੋਪਰ ਮਾਈਕ ਵਗੈਰਾ ਤੋਂ ਦੇਖ ਸਕਦੇ ਹੋ ਕਿ ਜਿਵੇਂ ਜਹਾਜ਼ ਦੇ ਵਿੱਚ ਬੈਠ ਕੇ ਤੇ ਜਹਾਜ਼ ਨੂੰ ਆਪਰੇਟ ਕਰ ਰਹੇ ਹੋਣ, ਇਸ ਤਰੀਕੇ ਦਾ ਇੱਥੋਂ ਵਿਊ ਜਿਹੜਾ ਆ ਉਹ ਦੇਖਣ ਨੂੰ ਮਿਲਦਾ ਹੈ। ਤਾਂ ਮੇਰੇ ਨਾਲ ਸਰ ਮੌਜੂਦ ਨੇ। ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਜਗਬਾਣੀ ਤੇ। ਬਿਲਕੁਲ ਜੀ, ਤੁਹਾਡਾ ਵੀ ਸਵਾਗਤ ਹੈ ਜਗਬਾਣੀ ਦਾ। ਇਹ ਜਿਹੜੀ ਬੰਦੇ ਭਾਰਤ ਟ੍ਰੇਨ ਆ ਚੱਲੀ ਆ, ਇਹ ਅੰਮ੍ਰਿਤਸਰ ਵਾਸਤੇ ਇੱਕ ਬਹੁਤ ਵੱਡੀ ਸੁਗਾਤ ਆ, ਕਿਉਂਕਿ ਹਿੰਦੁਸਤਾਨ ਦੇ ਵਿੱਚੋਂ ਬਹੁਤ ਸਾਰੀਆਂ ਟ੍ਰੇਨਾਂ ਚੱਲ ਰਹੀਆਂ ਸੀ ਬੰਦੇ ਭਾਰਤ, ਮਗਰ ਅੰਮ੍ਰਿਤਸਰ ਦੀ ਵਾਰੀ ਨਹੀਂ ਸੀ ਆ ਰਹੀ, ਅੰਮ੍ਰਿਤਸਰ ਦੀ ਵਾਰੀ ਵੀ ਆ ਗਈ। ਔਰ ਗੁਰੂ ਨਗਰੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਪਬਲਿਕ ਜਿਹੜੀ ਆ ਮੱਥਾ ਟੇਕਣ ਆਉਂਦੇ ਯਾਤਰੂ, ਉਹਨਾਂ ਵਾਸਤੇ ਬਹੁਤ ਸੁਵਿਧਾ ਇਹਦੇ ਵਾਸਤੇ ਆਈ ਆ। ਡੇ ਟਾਈਮ ਦੀ ਗੱਡੀ ਆ, ਡੇ ਟਾਈਮ 'ਤੇ ਦਿੱਲੀ ਚੱਲ ਜਾਣੀ, ਡੇ ਟਾਈਮ ਤੋਂ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਜਾਣੀ ਆ। ਔਰ ਇਹ ਅੰਮ੍ਰਿਤਸਰ ਦੋ ਸ਼ਤਾਬਦੀਆਂ ਚੱਲਦੀਆਂ ਨੇ, ਮੋਰਨਿੰਗ ਇੱਕ ਮੋਰਨਿੰਗ ਚੱਲਦੀ, ਸ਼ਾਮ ਨੂੰ ਚੱਲਦੀ ਆ। ਦੋਵਾਂ ਤੋਂ ਵੀ ਅੱਛੀ ਟ੍ਰੇਨ ਆ ਬੰਦੇ ਭਾਰਤ। ਇਸ ਟ੍ਰੇਨ ਦੇ ਵਿੱਚ ਦਰਵਾਜ਼ੇ ਜਿਹੜੇ ਨੇ ਆਟੋਮੈਟਿਕਲੀ ਨੇ, ਸੋ ਕੈਮਰਾ ਸਿਸਟਮ ਆ, ਜਾਂ ਹੋਰ ਫੈਸਿਲਿਟੀਆਂ, ਚੇਅਰ ਮੁਰੇ ਵਾਲੇ ਆ ਜਿਹੜੇ ਸੋਚੇ ਨੇ, ਟੱਚ ਵਾਲੇ ਨੇ, ਔਰ ਬਹੁਤ ਅੱਛਾ ਸਿਸਟਮ ਹੈ ਟ੍ਰੇਨ ਦੇ ਵਿੱਚ ਬੰਦੇ। ਮੈਂ ਉਹੀ ਦੇਖ ਰਿਹਾ ਸੀ, ਸੀਟਾਂ ਤੋਂ ਪ੍ਰੋਪਰ ਲੈ ਕੇ ਪੂਰੀਆਂ ਵਧੀਆ ਸੀਟਾਂ ਨੇ, ਹਨਾ। ਇੱਧਰ ਜੇ ਅਸੀਂ ਇੰਜਣ ਦੀ ਗੱਲ ਕਰੀਏ, ਇੱਥੋਂ ਪ੍ਰੋਪਰ LCDਆਂ ਵਗੈਰਾ ਲੱਗੀਆਂ ਹੋਈਆਂ ਨੇ, ਤਾਂ ਇੱਥੋਂ ਇਹ ਪੂਰੇ ਸਿਗਨਲ ਵਗੈਰਾ ਜਿਹੜੇ ਆ ਉਹ ਕਨੈਕਟਿੰਗ ਹੁੰਦੇ, ਇਹਨਾਂ ਬਾਰੇ ਦੱਸ ਸਕਦੇ ਹੋ ਥੋੜਾ ਜਿਹਾ? ਹਾਂਜੀ, ਹੁਣ ਜਿਸ ਤਰ੍ਹਾਂ ਸਟੇਸ਼ਨ ਤੋਂ ਅਸੀਂ ਬਾਈਪਾਸ ਹੋ ਰਹੇ ਹਾਂ, ਆਹ ਰੇਟ ਸਿੰਗਲ ਜਿਹੜਾ ਮਿਲਾਉਣਾ ਵਾ ਉਹਨੂੰ ਦੱਸਣਾ ਚਾਹੁੰਦੇ, ਗੱਡੀ ਸਾਡੀ ਠੀਕ ਜਾ ਰਹੀ, ਉਹ ਵੀ ਸਾਡੀ ਗੱਡੀ ਨੂੰ ਚੈੱਕ ਕਰ ਰਹੇ ਨੇ ਕਿ ਗੱਡੀ ਠੀਕ ਜਾ ਰਹੀ ਆ। ਹੁਣ ਜਿਸ ਤਰ੍ਹਾਂ ਇੱਥੋਂ ਅਸੀਂ ਨਿਕਲ ਰਹੇ ਹਾਂ, ਸਟੇਸ਼ਨ ਸਾਡਾ ਫਲੋਰ ਆ ਗਿਆ, ਉੱਥੋਂ ਅਸੀਂ ਨਿਕਲ ਗਏ ਸੀ, ਹੁਣ ਲਾਡੋਵਾਲ ਆ ਗਿਆ। ਲਾਡੋਵਾਲ ਦੇ ਉੱਤੇ ਆਹ ਰੇਟ ਸਿੰਗਲ ਜਿਹੜਾ ਵਾ ਉਹ ਜਦੋਂ ਇਹਨੂੰ ਅਸੀਂ ਦਵਾਵਾਂਗੇ, ਟ੍ਰੇਨ ਦਾ ਪਤਾ ਲੱਗ ਜਾਏਗਾ ਸੇਫ ਸਾਡੀ ਟ੍ਰੇਨ ਜਿਹੜੀ ਜਾ ਰਹੀ ਆ। ਇੱਥੇ ਆ ਸਕਰੀਨ ਵਗੈਰਾ ਵੀ ਲੱਗੀ, ਇੱਥੇ ਸਰ ਕੀ ਚੀਜ਼ ਸ਼ੋਅ ਹੁੰਦੀ ਆ? ਹਾਂਜੀ, ਸਕਰੀਨ ਬਾਰੇ ਇਸ ਤਰ੍ਹਾਂ ਜੀ, ਜਿਸ ਤਰ੍ਹਾਂ ਸਿੰਜਰ ਨੂੰ ਪ੍ਰੋਬਲਮ ਕੋਈ ਆਉਂਦੀ ਆ, ਉਹ ਮੈਸੇਜ ਸਾਨੂੰ ਕਰ ਸਕਦੇ ਆ ਕਿ ਆਹ ਚੀਜ਼ ਦੀ ਪ੍ਰੋਬਲਮ ਸਾਨੂੰ ਆ ਰਹੀ ਆ, ਅਤੇ ਸਫਾਈ ਵਾਲਾ ਪ੍ਰੋਵਾਈਡ ਕਰਾਇਆ ਜਾਵੇ, ਇਲੈਕਟ੍ਰੀਕਲ ਪ੍ਰੋਵਾਈਡ ਕਰਾਇਆ ਜਾਵੇ, ਜਾਂ TD ਦੀ ਕੋਈ ਪ੍ਰੋਬਲਮ ਆ, ਉਹਦੇ ਵਿੱਚ ਅਸੀਂ ਜੇ ਸਭ ਅਪਰੋਚ ਕਰਨਗੇ ਉਸ ਨਾਲ ਬੰਦਾ ਭੇਜ ਦੇਣਗੇ। ਪ੍ਰੋਪਰ ਸਾਰੇ ਮਤਲਬ ਇੱਥੇ ਕੈਮਰੇ ਵੀ ਜਿਹੜੇ ਲੱਗੇ ਹੋਏ ਆ ਵਿੱਚ, ਉਹ ਵੀ ਮੈਂ ਦੇਖ ਰਿਹਾ ਵੀ ਇੱਥੇ ਸਕਰੀਨ ਤੇ ਸ਼ੋ ਹੁੰਦਾ ਹੈ, ਤੁਹਾਨੂੰ ਸਾਰਾ ਕੁਝ ਤੁਹਾਨੂੰ ਦਿਖ ਰਿਹਾ। ਤਾਂ ਦੇਖ ਸਕਦੇ ਹੋ ਤਾਂ ਜਿਵੇਂ ਕੈਮਰੇ ਵਗੈਰਾ ਲੱਗੇ ਹੋਏ ਆ ਸਾਰੇ ਵਿੱਚ, ਹਨਾ, ਸਿਕਿਉਰਿਟੀ ਨੂੰ ਲੈ ਕੇ ਇੱਥੇ ਤੁਹਾਡੇ ਕੋਲ ਪ੍ਰੋਪਰ ਚੱਲਦੇ ਆ ਕੈਮਰੇ ਵਗੈਰਾ? ਬਿਲਕੁਲ ਚੱਲ ਰਿਹਾ ਜੀ, ਡਿਸਪਲੇ ਹੋ ਰਹੇ ਨੇ ਕੈਮਰੇ, ਤਾਂ ਪ੍ਰੋਪਰ ਮਤਲਬ ਸਾਰਾ ਕੁਝ ਇਹਦੇ ਵਿੱਚ ਦੇਖ ਰਿਹਾ। ਜੇ ਕੋਈ ਵੀ ਉਨੀਕੀ ਹੁੰਦੀ ਹੈ ਤਾਂ ਤੁਹਾਡੀ ਨਜ਼ਰ ਹੈ? ਬਿਲਕੁਲ ਜੀ, ਬਿਲਕੁਲ। ਤੇ ਇਹਦੀ ਆਮ ਸਪੀਡ ਅਸੀਂ ਜੇਕਰ ਨਾਰਮਲ ਟ੍ਰੇਨਾਂ ਦੇ ਨਾਲੋਂ ਕੰਪੇਅਰ ਕਰੀਏ ਤਾਂ ਕਿੰਨੀ ਜ਼ਿਆਦਾ ਹੈ? ਕਿੰਨੇ ਸਮੇਂ ਦੇ ਵਿੱਚ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਜਿਹੜਾ ਸਫ਼ਰ ਆ ਉਹ ਤੈਅ ਕਰ ਲਈ? ਸਪੀਡ ਇਹਦੀ ਜਿਹੜੀ 130 ਆ ਜੀ, ਔਰ ਸੈਕਸ਼ਨ ਦੇ ਹਿਸਾਬ ਨਾਲ ਸਪੀਡ ਹੈ, ਜਿੱਥੇ 110 ਆ ਉੱਥੇ 110 ਆ, ਉਸ ਤੋਂ ਬਾਅਦ 130 ਦਾ ਟਰੈਕ ਸ਼ੁਰੂ ਹੋ ਜਾਏਗਾ, 130 ਹੋ ਜਾਏਗੀ। ਔਰ ਇਹਦੇ ਵਿੱਚ ਸਟੋਪੀ ਇਹਦੇ ਬਹੁਤ ਘੱਟ ਨੇ, ਔਰ ਰਨਿੰਗ ਟਾਈਮ ਵੀ ਜਿਹੜਾ ਵਾ ਦੂਸਰੀਆਂ ਗੱਡੀਆਂ ਨਾਲੋਂ ਘੱਟ ਹੈ ਇਹਦਾ। ਪ੍ਰੋਪਰ ਦੇਖ ਸਕਦੇ ਹੋ ਤੁਸੀਂ ਸਰ, ਕੋਸਟਿਊਮ ਵਰਦੀ ਤੁਹਾਡੀ ਬਕਾਇਦਾ ਪੂਰੀ ਹੈ, ਜਿੱਦਾਂ ਜਹਾਜ਼ ਦਾ ਕੈਪਟਨ ਹੈ ਨਾ, ਉਸ ਤਰੀਕੇ ਦੇ ਪੂਰੇ ਜੱਚ ਰਹੇ ਹੋ ਤੁਸੀਂ। ਦੇਖੋ ਜੀ, ਰੇਲ ਦੀ ਯੂਨੀਫਾਰਮ ਦਿੱਤੀ ਹੋਈ ਹੈ ਇਹ,
ਔਰ ਰੇਲ ਦੀ ਯੂਨੀਫਾਰਮ ਵੀ ਪਹਿਨੀ ਹੋਈ ਆ। ਕਿੰਨਾ ਕੁ ਮਜ਼ਾ ਆਉਂਦਾ ਜਦੋਂ ਤੁਸੀਂ ਹੁਣ ਬੰਦੇ ਭਾਰਤ ਟ੍ਰੇਨ 'ਚ ਚੜ੍ਹਦੇ ਹੋ, ਹਨਾ, ਇਹਨੂੰ ਆਪਰੇਟ ਕਰਨਾ, ਉਹ ਫੀਲਿੰਗ ਕਿਵੇਂ ਦੀ ਆ ਤੁਹਾਡੀ? ਦੇਖੋ ਜੀ, ਇਹ ਬਹੁਤ ਹੀ ਅੱਛਾ ਲੱਗਦਾ ਕਿ ਆਪਣੀ ਨੌਕਰੀ ਦੇ ਵਿੱਚ ਇਹੋ ਜਿਹਾ ਇੱਕ ਮੌਕਾ ਮਿਲਦਾ ਵਾ, ਅਤੇ ਮੇਰੇ ਵਾਸਤੇ ਤਾਂ ਬਹੁਤ ਅੱਛੀ ਗੱਲ ਹੈ, ਯਾਤਰੀਆਂ ਦੇ ਵਾਸਤੇ ਵੀ ਬਹੁਤ ਅੱਛੀ ਗੱਲ ਹੈ। ਤਾਂ ਦੇਖਿਆ ਤੁਸੀਂ, ਤੁਸੀਂ ਜਿਵੇਂ ਇਹ ਪੂਰੀ ਸਰ ਨੇ ਹੁਣੇ ਸਪੈਸੀਫਿਕੇਸ਼ਨ ਦਿੱਤੀ ਆ ਪ੍ਰੋਪਰ ਏ ਟੂ ਜੈਡ, ਤਾਂ ਇੱਧਰ ਵੀ ਤੁਸੀਂ ਤਸਵੀਰ ਵਗੈਰਾ ਦੇਖ ਸਕਦੇ ਹੋ, ਇੱਧਰ ਵਿੰਡੋਆਂ ਵਗੈਰਾ ਲੱਗੀਆਂ ਹੋਈਆਂ ਨੇ, ਜਦੋਂ ਵੀ ਐਮਰਜੈਂਸੀ ਲੋਡ ਪੈਂਦੀ ਹੈ ਤਾਂ ਇੱਥੋਂ ਪ੍ਰੋਪਰ ਇਹਨਾਂ ਦੇ ਵੱਲੋਂ ਜਿਹੜਾ ਓਪਰੇਟ ਹੈ ਉਹ ਕੀਤਾ ਜਾਂਦਾ ਹੈ। ਇੱਧਰ ਪੂਰੇ ਸਵਿੱਚ ਵਗੈਰਾ ਦਿੱਤੇ ਹੋਏ ਨੇ ਏ ਟੂ ਜੈਡ, ਜਿਹੜਾ ਸਵਿੱਚ ਜ਼ੋਨ ਤੁਸੀਂ ਦੇਖ ਸਕਦੇ ਹੋ ਪ੍ਰੋਪਰ, ਇੱਥੋਂ ਪੂਰੀ ਰੇਲ ਦਾ ਜਿਹੜਾ ਆ ਉਹ ਸਿਸਟਮ ਸਾਰਾ ਇੱਥੇ ਹੁੰਦਾ ਹੈ। ਤਾਂ ਇਹ ਪ੍ਰੋਪਰ ਏ ਟੂ ਜੈਡ ਪੂਰੀ ਫੈਸਿਲਿਟੀ ਜਿਹੜੀ ਹੈ ਇਸ ਟ੍ਰੇਨ ਦੇ ਵਿੱਚ ਦਿੱਤੀ ਹੋਈ ਹੈ, ਔਰ ਇਸ ਨੂੰ ਅਸੀਂ ਟ੍ਰੇਨ ਕੰਮ ਜਹਾਜ਼ ਅਸੀਂ ਬਿਲਕੁਲ ਕਹਿ ਸਕਦੇ ਹਾਂ। ਪ੍ਰੋਪਰ ਇਹ ਪੂਰਾ ਸਿਸਟਮ ਉਸ ਤਰੀਕੇ ਦੇ ਨਾਲ, ਸੀਟਾਂ ਵਗੈਰਾ ਉਸ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਨੇ। ਤਾਂ ਇਹ ਦੇਖ ਸਕਦੇ ਹੋ ਇੱਕ ਬਹੁਤ ਵਧੀਆ ਸ਼ਾਨਦਾਰ ਜਿਹੜਾ ਆ ਉਹ ਸਫ਼ਰ ਰਹਿਣ ਵਾਲਾ ਹੈ, ਔਰ ਆਮ ਲੋਕਾਂ ਨੂੰ ਵੀ ਇੱਕ ਵਧੀਆ ਫੀਲ ਆਵੇਗਾ ਜਦੋਂ ਇਸ ਦੇ ਵਿੱਚ ਸਫ਼ਰ ਕਰਦੇ ਆ। ਤਾਂ ਇਸੇ ਤਰੀਕੇ ਦੇ ਨਾਲ ਹੁਣ ਤੁਸੀਂ ਇਹ ਟ੍ਰੇਨ ਦੇਖ ਹੀ ਲਿਆ, ਔਰ ਦੇਖ ਕੇ ਤੁਹਾਡੇ ਮਨ ਦੇ ਵਿੱਚ ਕੀ ਆਇਆ, ਕਿੰਨੇ ਕਿੰਨੇ ਸਫ਼ਰ ਕਰਨਾ, ਤੁਸੀਂ ਸਾਡੇ ਨਾਲ ਪ੍ਰਤੀਕਿਰਿਆ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਹੋ।